अकाली दल के प्रधान सुखबीर बादल लतीफपुरे दे विच पहुंचे ने। ਕਿਵੇਂ ਰਾਤੋ ਰਾਤ ਹੁਣ ਕਰੇ ਆਪਣੇ ਪਰਿਵਾਰ ਬੈਠੇ ਹੈ ਘਰ ਤੋੜ ਕੇ ਉਹਨਾਂ ਦਾ ਕੁਝ ਕੰਮ ਕੀਤਾ ਹੈ ਇੱਥੇ ਮੈਨੂੰ ਲੱਗਦਾ ਕੋਈ ਸਾਜਿਸ਼ ਨਹੀਂ ਕਿਸੇ ਨੇ ਇਹਦਾ ਫਾਈਨੈਂਸ਼ੀਅਲ ਫਾਇਦਾ ਲੈਣਾ ਹੈ ਉਹ ਨਿਸ਼ਾਨੇ ਨਾਲ ਕੰਮ ਕੀਤਾ ਹੋਇਆ ਜਿਸ ਸੋ ਲਤੀਫਪੁਰੇ ਦੇ ਵਿੱਚ ਵੱਖ ਵੱਖ ਜਥੇਬੰਦੀਆਂ ਆ ਰਹੀਆਂ ਨੇ ਉੱਥੇ ਹੀ ਵੱਖ ਵੱਖ ਸਿਆਸਤਦਾਨ ਆਉਣੇ ਵੀ ਸ਼ੁਰੂ ਹੋ ਚੁੱਕੇ ਨੇ ਹੁਣ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਤੀਫਪੁਰੇ ਦੇ ਵਿੱਚ ਪਹੁੰਚੇ ਨੇ ਸੋ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਬਾਦਲ ਲਤੀਫਪੁਰੇ ਦੇ ਵਿੱਚ ਪਹੁੰਚ ਚੁੱਕੇ ਨੇ ਜਿਹੜਾ ਪੀਲਾ ਪੰਜਾ ਇੱਥੇ ਲੋਕਾਂ ਦੀ ਜ਼ਮੀਨ ਤੇ ਚੱਲਿਆ ਸੀਗਾ ਸੋ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਬਹੁਤ ਆਈਆਂ ਤੇ ਇੱਥੇ ਹੀ ਸੁਖਬੀਰ ਬਾਦਲ ਜਿਹੜਾ ਲਤੀਫਪੁਰੇ ਵਿੱਚ ਪਹੁੰਚ ਚੁੱਕੇ ਨੇ ਸੋ ਦੇਖ ਸਕਦੇ ਹੋ ਕਿ ਸੁਖਬੀਰ ਬਾਦਲ ਇੱਥੇ ਪਹੁੰਚ ਚੁੱਕੇ ਨੇ ਲਤੀਫਪੁਰੇ ਦੇ ਵਿੱਚ ਜੋ ਵੀ ਇੱਥੇ ਹੋਇਆ ਆ ਲੋਕਾਂ ਨੂੰ ਮਿਲਣ ਵਾਸਤੇ ਸੁਖਬੀਰ ਬਾਦਲ ਜੀ ਇੱਥੇ ਪਹੁੰਚ ਚੁੱਕੇ ਨੇ ਸੋ ਇਹ ਪਹਿਲੇ ਸਿਆਸਤਦਾਨ ਨੇ ਜੋ ਲਤੀਫਪੁਰੇ ਦੇ ਵਿੱਚ ਸੋ ਕੱਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਦੀ ਜਿਹੜੀ ਭੀੜ ਹੋ ਚੁੱਕੀ ਹੈ ਕਿਵੇਂ ਚੱਲੂਗਾ ਕਿਵੇਂ ਰਾਤੋਂ ਰਾਤ ਹੁਣ ਕਰੇ ਆਪਣੇ ਪਰਿਵਾਰ ਬੈਠੇ ਹੈ ਘਰ ਤੋੜ ਕੇ ਉਹਨਾਂ ਦਾ ਕੁਝ ਕੰਮ ਕੀਤਾ ਹੈ ਬਾਜੀ ਮਾਈਕ ਮਾਈਕ ਕੜੀ ਹੈ ਇਹਦਾ ਰੋਟੀ ਦਾ ਕੰਮ ਕੀਤਾ ਹੈ ਰਹਿਣ ਦਾ ਕੰਮ ਕੀਤਾ ਹੈ ਇਹਨਾਂ ਨੂੰ ਖਾਣ ਪੀਣ ਦੇ ਵੀ ਐਸੇ ਦੇ ਨਾਲੇ ਪਏ ਨੇ ਪਾਲਸਾ ਕਰਾਂਡੀ ਉਹਨਾਂ ਨੇ ਕਿਹਾ ਮੈਨੂੰ ਅਸੀਂ ਅਸੀਂ ਕਿਸ ਸਾਡੇ ਟਾਈਮ ਤੇ ਕਿਤੇ ਕੋਈ ਅਜੀ ਗੱਲ ਨਹੀਂ ਹੋਈ ਪਰ ਇਹਨਾਂ ਨੂੰ ਕਰਨ ਦੀ ਕੀ ਲੋੜ ਪਈ ਜਿਹੜੀ ਤੋਂ ਦੀ ਗੱਲ ਪਈ ਹੈ ਇਹਨਾਂ ਨੂੰ ਕੀ ਤੋਂ ਕੀ ਹੈ ਇੰਨੇ ਸਾਲ जनता नुकसान है कि फायदा है डेमोक्रेसी का राइट मतलब की है डेमोक्रेसी पोलिटिकल सिस्टम का राइट आई होता है कि जो सुप्रीम कोर्ट ने कहा सरकारी जमीन है आ सरकारी जमीन अलॉट नहीं कर सकती आप कितनी बार गरीबों को पांच पांच मरले के घर दिते हैं सरकारी जमीन जिन्हों की होगी अज बॉम्बे एयरपोर्ट बन रहा पुराना पुराने जिन्हें बेचारे रह रहे थे जमीन उन्होंने सारे नवे फ्लैट बना के दिते तो इस करके आ कोर्ट का बहाना ना लैन इतने मैं लगता कोई साजिश नहीं किसी ने यदा फाइनैशियल फायदा लेना है वो निशाने ना काम किया वह जिस जिस तरीके का काम 2012 इलाज मैं साड़ी कमेटी बना दें चुप कर मल्लन साहब क्या भाई जिस चीज़ की सपोर्ट मैं अपनी पार्टी की स्पेशल मीटिंग परसों रख लूँगा आप देखते हैं कि जो गवर्नर को जाना है किमें करना है कि आप पूरी साड़ी पार्टी थोड़ा कर किसी चीज़ की रिक्वायरमेंट वो सानू ਸ਼੍ਰੋਮਣੀ ਕਮੇਟੀ ਵੱਲੋਂ ਥੋੜੀ ਮਦਦ ਕਰਾ ਰਹੇ ਹਾਂ ਜੀ ਛੋਟੀ ਜੀ ਸਰ ਬੇਨਤੀ ਹੈ ਇਹਨਾਂ ਨੂੰ ਨਾ ਐਕਚੁਅਲ ਵਧੀਆ ਵਕੀਲ ਨਹੀਂ ਮਿਲਿਆ ਜੀ ਜੇ ਆਪਾਂ ਆਪਣੀ ਪਾਰਟੀ ਨਾਲ ਵਧੀਆ ਵਧੀਆ ਪ੍ਰੋਵਾਈਡ ਕਰਾਂਗੇ ਮੈਂ ਉਹੀ ਕਹਿ ਰਿਹਾ ਮੈਂ ਉਹੀ ਕਹਿ ਰਿਹਾ ਹੁਣ ਪੂਰੀ ਹੋ ਗੱਲਾਂ ਬਰਾਕ ਸਾਹਿਬ ਮੰਨਨ ਸਾਹਿਬ ਕੱਲ ਪੂਰੀ ਹੋ ਗੱਲਾਂ ਮੈਂ ਉਹੀ ਕਹਿ ਰਿਹਾ ਕਿ ਐਸਜੀਪੀ ਸਰ ਕੋਲ ਓਕੇ ਹੈ ਜੀ ਅੱਗੇ ਕਰ ਲਓ ਭਾਈ ਮੰਗੀ ਪੁੱਛਣਾ ਪਾਰਟੀ ਵੱਲੋਂ ਕਿਹਾ ਤਾਂ ਇੱਕ ਗੱਲ ਦੋ ਪਹਿਲੇ ਫੜ ਲੈਣ मैं इन्हें ड्यूटी ला देना जगबीर जी तुम जानते हो इन्हों मानन साहब मैं एक बेनती करना असी इन्हें ड्यूटी ला के पहले केस आ समझ लेंदी है कि एदा लीगली आपां किवें दो लड़ाइया लड़निया पैनिया एक तो लीगल बैटल एक गवर्नमेंट नाल बैटल लड़ाई लड़नी सरकार नाल लड़नी पैनी है एक थोड़ी जिथे साडी असी टीम इत्थे ला देने थोड़े नाल खड़ांगे जिहड़े हैगे सरकार दे ਧੱਕਾ ਨਹੀਂ ਹੋਣ ਦੇਵਾਂਗੇ ਮੈਂ ਤੁਹਾਨੂੰ ਇੰਨਾ ਗਰੰਟੀ ਅੱਛਾ ਜੀ ਮੈਂ ਜਿਹੜਾ ਮੰਨਣ ਸਾਹਿਬ ਦੇਖੋ ਆ ਬੱਚਾ 2 ਸਾਲ ਦੀ ਬੱਚੀ ਉਸੇ ਰੋਂਡੀ ਸੀਗੀ ਜੀ ਨਾਲ ਖੜੋ ਜੀ ਇਹ ਰਿਪੋਰਟ ਹੋਈ ਥੋੜੀ ਕੱਲ ਅੱਜ ਕਿਸ ਜਿਸ ਚੀਜ਼ ਦੀ ਤੁਹਾਨੂੰ ਰਿਕੁਆਇਰਮੈਂਟ ਹੈ ਆਪਾਂ ਸ਼ਾਰਟ ਟਰਮ ਤੇ ਲੌਂਗ ਟਰਮ ਤੁਹਾਡੇ ਕੋਲੇ ਆ ਜਾਂਦੇ ਸਮਝ ਜਾਂਦੇ ਤੁਹਾਡੇ ਨਾਲ ਬਹਿ ਕੇ ਆਰਾਮ ਕਿਉਂ ਇੰਨੀ ਵੱਡੀ ਗੱਲ ਤਾਂ ਆਪਾਂ ਕਰ ਨਹੀਂ ਸਕਦੇ ਨਹੀਂ ਕਰ ਸਕਦੇ ਸਵੇਰੇ ਹੀ ਤੁਹਾਡੇ ਨਾਲ
ਮੈਂ ਤਾਂ ਛੋੜ ਦੇ ਤੁਹਾਡੇ ਹੁੰਦੇ ਹਾਂ ਜੋ ਬੱਚੀ ਕੀ ਕਹਿ ਰਹੀ ਆ ਜੀ ਇਹਨੂੰ ਮੈਂ ਤੁਹਾਨੂੰ ਛੋੜ ਦੇ ਤੁਹਾਡੇ ਹੁੰਦੇ ਸਨ ਪੁੱਛੋ ਜਿਹੜਾ ਘਰ ਕਿੱਥੇ ਆ ਇਹਨੂੰ ਪੁੱਛੋ ਜਿਹੜੇ ਤੁਹਾਡਾ ਘਰ ਕਿੱਥੇ ਆ ਪ੍ਰਤੀਤ ਭਾਜੀ ਥੱਲੇ ਕਰੋ ਯਾਰ ਤੋੜਤਾ ਕਿੰਨੇ ਤੋੜਿਆ ਬੇਟੇ ਕਰੇਂ ਥੋਡੀ ਆਪਣੀ ਕਮੇਟੀ ਬਣੀ ਹੋਣੀ ਹਾਂਜੀ ਬਣਾਈ ਖਾਲਸਾ ਏਡ ਕਿਸਾਨ ਮੋਰਚਾ ਇਹਨਾਂ ਦਾ ਵੀ ਟੱਚ ਵਿੱਚ ਮੰਨਣ ਜੀ ਮਿਲਿਆ ਸਾਰੇ ਹਰ ਪਾਰਟੀ ਜੋੜ ਕੇ ਆ ਵੀਰ ਜੀ ਨੇ ਇਸ ਮਸਲੇ 'ਤੇ ਸਾਰੀਆਂ ਪਾਰਟੀਆਂ ਸਾਰੇ ਜਥੇ ਇਕੱਠੇ ਹੋ ਗਏ ਇੱਕਜੁੱਟ ਹੋ ਕੇ ਆਪਾਂ ਲੜਾਈ ਮੈਂ ਆਈ ਮੈਂ ਵੀ ਠੀਕ ਕਰੂੰਗਾ ਅਤੇ ਆਪਾਂ ਸਾਰੇ ਕਰਾਂਗੇ ਤੁਹਾਨੂੰ ਕਿਸੇ ਚੀਜ਼ ਦੀ ਕੱਲ੍ਹ ਆ ਕੇ